ਮੰਗਾ ਸਿੰਘ ਅੰਡਾਲ ਦੀ ਪੁਸਤਕ ਸ਼ਰਾਰਤੀ ਤਤ ਦਾ ਕਾਂਡ ਮਹਾਨ ਅਰਕ ਦਾ ਅਗਲਾ ਪਾਗ ਉਦੋਂ ਕਲੀਨ ਸ਼ੇਵ ਹੋਣ ਦਾ ਰਿਵਾਜ ਸੀ ਹੁਣ ਮੁੰਡੇ ਥੋੜੀ ਬਹੁਤ ਦਾੜੀ ਰੱਖਦੇ ਐ ਉਦੋਂ ਕਿਤੇ ਵਿਆਹ ਵਗੈਰਾ ਤੇ ਜਾਣਾ ਹੁੰਦਾ ਤਾਂ ਪਹਿਲਾਂ ਸ਼ੇਵ ਕਰਾਉਣੀ ਹੁੰਦੀ ਨਾਈ ਨੇ ਮੇਰੀ ਗਰਦਨ ਤੇ ਕੰਢੀ ਕੋਲ ਇੱਕ ਗਟੋਲੀ ਜੀ ਦੇਖੀ ਫਿਕਰਮੰਦੀ ਜਈ ਚ ਕਹਿੰਦਾ ਵੀਰੇ ਲਾਜ ਕਰਾਓ ਇਹਦਾ ਖਾਸੀ ਬੜੀ ਐ ਹੋਰ ਹੀ ਨਾ ਮੈਂ ਤਾਂ ਆਈ ਗਈ ਕਰਤੀ ਪਰ ਅਮਰਤ ਨੇ ਪੂਰੀ ਗੰਭੀਰਤਾ ਨਾਲ ਜ਼ੋਰ ਪਾਇਆ ਇਲਾਜ ਲਈ ਮਾਂ ਦੀ ਧੀ ਆਪਦੇ ਕਿਸੇ ਦੁੱਖ ਨੂੰ ਨਹੀਂ ਗੋਲਦੀ ਪਰ ਮੇਰੇ ਪਰਿਵਾਰ ਲਈ ਤਾਂ ਮਰ ਮਰ ਜਾਂਦੀ ਹੈ ਮਾਮੇ ਦੇ ਡਾਕਟਰ ਮੁੰਡੇ ਨੂੰ ਫੋਨ ਕਰਕੇ ਮੈਨੂੰ ਖੰਨੇ ਭੇਜਦਾ ਉਹਨੇ ਗਾਹਾਂ ਆਪਦੇ ਲੈਬਾਰਟਰੀ ਵਾਲੇ ਡਾਕਟਰ ਦੋਸਤ ਨੂੰ ਫੋਨ ਕਰਕੇ ਮੈਨੂੰ ਉਹਦੇ ਕੋਲ ਤੋਰਦਾ ਆਪਾਂ ਖੰਨੇ ਉਂ ਵੀ ਨਸ਼ੇ ਦੀ ਪੂਰਤੀ ਲਈ ਜਾਣਾ ਹੀ ਹੁੰਦਾ ਸੀ ਸੋ ਚਲੇ ਗਏ ਝੂਲੇ ਜੇ ਖਾਂਦੇ ਮੇਰੀਆਂ ਅੱਖਾਂ ਇੰਨੀਆਂ ਲਾਲ ਰਹਿੰਦੀਆਂ ਸੀ ਜਿਵੇਂ ਮਿਰਚਾਂ ਪੈ ਕੇ ਹਟੀਆਂ ਹੋਣ ਕਿ ਸੇ ਨੂੰ ਕੁਝ ਪਤਾ ਨਾ ਲੱਗ ਜੇ ਬਾਰੇ ਸੋਚ ਕੇ ਮੈਂ ਕਾਲੀ ਅਨਕ ਲਾ ਕੇ ਰੱਖਦਾ ਹੁਣ ਸਮੱਸਿਆ ਆ ਗਈ ਖੂਨ ਦਾ ਨਮੂਨਾ ਲੈਣ ਦੀ ਉਸ ਗਟੋਲੀ ਜਿਹੀ ਚੋਂ ਤਾਂ ਨਮੂਨਾ ਲੈ ਲਿਆ ਟੈਸਟ ਕਰਨ ਲਈ ਪਰ ਜਦੋਂ ਉੱਥੇ ਕੰਮ ਕਰਦੀ ਕੁੜੀ 나ੜ ਚੋਂ ਖੂਨ ਲੈਣ ਲੱਗੀ ਤਾਂ ਉਹਨੂੰ 나ੜ ਨਾ ਲੱਭੇ ਵਿਚਾਰੀ ਥੱਕ ਗਈ ਸੂਈਆਂ ਖੋਭੋਖੋ ਕਾਮਯਾਬੀ ਨਾ ਮਿਲੀ ਮੇਰਾ ਜੀ ਕਰੇ ਵੀ ਕਹਿ ਦਵਾ ਭੈਣ ਮੇਰੀ ਇਹ ਤੇਰੀਆਂ ਛੋਟੀਆਂ ਛੋਟੀਆਂ ਸੂਈਆਂ ਨਹੀਂ ਮੇਰੀਆਂ 나ੜਾਂ ਤੱਕ ਜਾਣੀਆਂ ਮੇਰੇ ਲਈ ਤਾਂ ਕੋਈ ਵੱਡੀ ਸੂਈ ਪਾਸ ਰਿੰਜ ਚ ਮੱਝ ਦੇ ਟੀਕੇ ਵਾਲੀ ਇੱਕ ਜੀ ਕਰੇ ਆਪਦੇ ਵਾਲੀ 20ml ਵਾਲੀ ਫੜਾ ਦਵਾਂ ਪਰ ਇਹ ਸੋਚ ਕੇ ਕਿ ਮਾਮੇ ਦੇ ਮੁੰਡੇ ਨੂੰ ਦੱਸ ਦੇਣਗੇ ਚੁੱਪ ਰਿਆ ਕੁਝ ਤਾਂ ਮੇਰੀ ਚਮੜੀ ਮੋਟੀ ਐ ਆਮ ਵੱਡੀਆਂ ਨਾੜਾਂ ਤਾਂ ਕਦੋਂ ਦੀਆਂ ਬੰਦ ਹੋ ਚੁੱਕੀਆਂ ਸੀ ਫਿਰ ਲੈਬੋਰਾਟਰੀ ਦੇ ਮਾਲਕ ਨੇ ਵੀ ਬਹੁਤ ਕੋਸ਼ਿਸ਼ ਕੀਤੀ ਦੋਹੀ ਬਾਹਾਂ ਬਿੰਨ ਕੇ ਰਖਤੀਆਂ ਉਹਨੇ ਵੀ ਸ਼ਾਇਦ ਆਪ ਦੀ ਹੱਥ ਤੱਕ ਸਮਝਦਾ ਹੋਵੇ ਕਿ ਉਹ ਲੈਬੋਰਾਟਰੀ ਵਾਲਾ ਹੋ ਕੇ ਨਾੜ ਕਿਉਂ ਨਹੀਂ ਲੱਭ ਸਕਿਆ ਪਰ ਅੰਤ ਨੂੰ ਉਹ ਵੀ ਹੱਥ ਖੜੇ ਕਰ ਗਿਆ ਰਹਿਣ ਦੇ ਵੀਰ ਜੇ ਨਹੀਂ ਗੱਲ ਬਣਦੀ ਮੈਨੂੰ ਏਸੀ ਵੀ ਛੇਤੀ ਜਾਵਾ ਇੱਥੋਂ ਘਰੋਂ ਪੈਸੇ ਖਾਸੇ ਸਾਰੇ ਮਿਲੇ ਸੀ ਕਈ ਦਿਨ ਦਾ ਇਕੱਠਾ ਸਮਾਨ ਲੈ ਕੇ ਜਾਣ ਦੀ ਕਾਲ ਜੀ ਸੀ ਗੱਲ ਤਾਂ ਬਾਜੀ ਬਣਾਉਣੀ ਪੈਣੀ ਐ ਚਾਲ ਸਾਹ ਦਾ ਫੋਨ ਆਇਆ ਸੀ ਉਹਨੇ ਉੱਪਰ ਨੂੰ ਮੂੰਹ ਚੁੱਕ ਕੇ ਬਗੈਰ ਹੀ ਕਿਹਾ ਧਿਆਨ ਉਹਦਾ ਅਜੇ ਵੀ ਨਾੜਾਂ ਵੱਲ ਸੀ ਇੱਕ ਮਿੰਟ ਬਾਥਰੂਮ ਜਾਵਾ ਜਦੋਂ ਮੈਂ ਬਾਹਰ ਆਇਆ ਬਾਥਰੂਮ 'ਚੋਂ ਤਾਂ ਉਹਦੇ ਮੂਹਰੇ ਕਰਤੀ ਆਪਦੇ ਵਾਲੀ ਸਰਿੰਜ 5 6 ਐਮ ਐਲ ਖੂਨ ਦੀ ਭਰੀ ਹੋਈ ਲਿਬੜੀ ਜੀ ਔਰ ਘੌਰ ਹੋ ਗਿਆ ਦੇਖ ਕੇ ਠੀਕ ਐ ਜੀ ਤੁਸੀਂ ਜਾਓ ਕਿ ਕਿ ਪੇਟੋਂ ਨਹੀਂ ਬਿਨਾ ਕੁਝ ਬੋਲੇ ਮੈਂ ਬਾਹਰ ਨਿਕਲ ਗਿਆ ਮੈਡੀਕਲ ਸਟੋਰ ਵੱਲੋਂ ਤੋੜ ਲਿਆ ਮੋਟਰਸਾਈਕਲ 20 ਮਿੰਟ ਬਾਅਦ ਮਾਮੇ ਦੇ ਮੁੰਡੇ ਦਾ ਫੋਨ ਆ ਗਿਆ ਬਹੁਤ ਗੁੱਸੇ ਵਿੱਚ ਸੀ ਤੇ ਰੋ ਵੀ ਰਿਆ ਸੀ ਉਹਨੂੰ ਲੈਬੋਰਾਟਰੀ ਵਾਲੇ ਭਾਈ ਨੇ ਦੱਸਤਾ ਕਿ ਤੁਹਾਡੀ ਭੂਆ ਦਾ ਮੁੰਡਾ ਡਰੱਗਸ 'ਚ ਧੁਰ ਅੰਦਰ ਤੱਕ ਫਸਿਆ ਪਿਆ ਅੱਜ ਮਰਿਆ ਕਿ ਕੱਲ ਮਰਿਆ ਇਹਦੀ ਵਾਪਸੀ ਮੁਸ਼ਕਲ ਹੈ ਸ਼ੁਕਰੇ ਰਿਹਾ ਕਿ ਡਾਕਟਰ ਨੇ ਪੂਰੀ ਗੱਲ ਅਮਰਤ ਨੂੰ ਨਾ ਦੱਸੀ ਕੁਝ ਸਮਾਂ ਹੀ ਹੋਇਆ ਸੀ ਟੁੱਟੇ ਰਿਸ਼ਤੇ ਨੂੰ ਦੁਬਾਰਾ ਜੋੜੇ ਉਨੇ ਦਵਾਈ ਬਣਾ ਕੇ ਵੀ ਦਿੱਤੀ ਸੀ ਮੈਂ ਨਸ਼ਾ ਛੱਡਿਆ ਵੀ ਸੀ ਪਰ ਕੁਝ ਦਿਨ ਜਦੋਂ ਦਵਾਈ ਖਤਮ ਤਾਂ ਫੇਰ ਸ਼ੁਰੂ ਅਸਲ ਚ ਉਹਨਾਂ ਇਹ ਨਹੀਂ ਸੀ ਪਤਾ ਕਿ ਨਸ਼ਾ ਛੱਡਣਾ ਤੇ ਛੱਡ ਕੇ ਰੱਖਣਾ ਦੋਵੇਂ ਅਲੱਗ-ਅਲੱਗ ਗੱਲ ਹੁੰਦੀ ਹੈ ਛੁੱਡਾ ਤਾਂ ਕਿਸੇ ਦਾ ਵੀ ਕੋਈ ਵੀ ਸਕਦਾ ਪਰ ਅਸਲ ਗੱਲ ਹੁੰਦੀ ਹੈ ਛੱਡ ਕੇ ਰੱਖਣ ਦੀ ਨਹੀਂ ਤਾਂ ਕਿੰਨੇ ਲੋਕ ਨਿਕਲ ਆਉਂਦੇ ਇਸ ਦਲਦਲ ਚ ਜੇ ਛੱਡ ਕੇ ਰਹਿਣ ਦਾ ਰਸਤਾ ਹੁੰਦਾ ਜੋ ਹੁਣ ਮੈਨੂੰ ਮਿਲ ਚੁੱਕਿਆ ਮੈਂ ਖੰਨੇ ਤੋਂ ਸਮਾਨ ਲੈ ਕੇ ਪਿੰਡ ਨੂੰ ਆਵਾਂ ਆਪਦੀ ਪੂਰਤੀ ਮੈਂ ਆਡੇ ਚੋਂ ਕਰਕੇ ਤੁਰਿਆ ਸੀ ਸਾਈਂ ਬਾਬੇ ਦੇ ਮੰਦਰ ਕੋਲ ਨਾਕਾ ਲੱਗਿਆ ਦੇਖ ਮੋਟਰਸਾਈਕਲ ਸਲਾਣਾ ਪਿੰਡ ਚ ਨੂੰ ਮੋੜ ਲਿਆ ਰੋਕੇ ਸਿਗਰਟ ਪੀਤੀ ਨਸ਼ਾ ਹੋਰ ਵੱਧ ਗਿਆ ਸਲਾਣਾ ਪਿੰਡ ਫਤਿਹਗੜ ਸਾਹਿਬ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਹੈ ਮੈਥੋਂ ਅੱਧੀ ਰਾਤ ਤੱਕ ਪਿੰਡ ਚੋਂ ਹੀ ਨਹੀਂ ਨਿਕਲਿਆ ਗਿਆ ਰਸਤੇ ਮੇਰੇ ਉਂ ਵੀ ਯਾਦ ਨਹੀਂ ਰਹਿੰਦੇ ਦੁਨੀਆ ਦਾ ਸਭ ਤੋਂ ਵੱਡਾ ਪਲक्कड़ ਮੈਂ ਹੀ ਆ ਮੁੰਡਾ ਹੈਰਾਨ ਹੋ ਜਾਂਦਾ ਗੱਲ ਸੁਣ ਕੇ ਵੀ ਕੋਈ ਆਪਦੀ ਘਰ ਵਾਲੀ ਨੂੰ ਵੀ ਸ਼ਹਿਰ ਭੁੱਲ ਕੇ ਘਰ ਆ ਸਕਦਾ ਉਹ ਵੀ ਇੱਕੋ ਦਿਨ ਚ ਤਿੰਨ ਵਾਰੀ ਉਸ ਦਿਨ ਸਲਾਣੇ ਪਿੰਡ ਨਸ਼ੇ 'ਚ ਚੌਂਦੀ ਲੱਗ ਗਈ। ਮੁਰਕ ਕੋਠੀ ਆ ਜਾਇਆ ਕਰਾਂ ਜਿੱਥੋਂ ਤੁਰਦਾ ਸੀ ਬਹੁਤ ਮੁਸ਼ਕਲ ਨਾਲ ਇੱਕ ਭਾਈ ਛੱਡ ਕੇ ਗਿਆ ਗੰਨਾ ਮਿਲ ਤੱਕ। ਉਹ ਥੋੜਾ-ਬਹੁਤ ਕਬੱਡੀ ਖੇਡਦਾ ਰਿਹਾ ਹੁਣ ਕਰਕੇ ਤੇ ਗੰਧੀ ਬਾਈ ਹੋਰਾਂ ਕਰਕੇ ਪਛਾਣਦਾ ਸੀ। ਕਬੱਡੀ ਦੇ ਮੈਂ ਬੇਸ਼ੱਕ ਇੰਨਾ ਕੰਮ ਨਾ ਆਇਆ ਪਰ ਕਬੱਡੀ ਹਮੇਸ਼ਾ ਇੱਕ ਮਾਂ-ਵਾਗ ਮੇਰੀ ਰੱਖਿਆ ਕਰਦੀ ਰਹੀ। ਨਹੀਂ ਤਾਂ ਉਸ ਦਿਨ ਥਾਣੇ ਫੜਾਉਣ ਲੱਗੇ ਸੀ ਪਹਿਰੇ ਵਾਲੇ ਤੇ ਥਾਣੇ ਵਾਲਿਆਂ ਨੂੰ ਜੋ ਪਦਾਰਥ ਮੇਰੇ ਕੋਲੋਂ ਮਿਲਣੇ ਸੀ ਉਹਨਾਂ ਮੈਨੂੰ ਜੇਲ੍ਹ 'ਚ डक ਦੇਣਾ ਸੀ ਮਸਾਂ ਕਿਤੇ ਅੱਧੀ ਰਾਤ ਟੱਪੇ ਤੋਂ ਵੜਿਆ ਘਰ ਘਰ ਬਹਾਨਾ ਲਾਤਾ ਵੀ ਪੁਲਸ ਵਾਲਿਆਂ ਨੇ ਹੈਲਮਟ ਨਾ ਹੋਣ ਕਰਕੇ ਘੇਰ ਲਿਆ ਸੀ ਤਾਂ ਸਮਾਂ ਲੱਗ ਗਿਆ ਦੂਜੇ ਦਿਨ ਅਮਰਤ ਕਾਲਜ ਚਲੀ ਗਈ ਮੈਂ ਸਾਰਾ ਦਿਨ ਸੁੱਤਾ ਰਿਹਾ ਸ਼ਾਮ ਨੂੰ 4:00 ਵਜੇ ਉੱਠਿਆ ਜਲਦੀ ਜਲਦੀ ਗੁਸਲਖਾਨੇ ਜਾ ਵੜਿਆ ਬੀਬੀ ਉਧਰ ਤੋਤੇ ਕੇ ਘਰੇ ਗਈ ਸੀ ਬੀਬੀ ਅਕਸਰ ਤਾਰੂ ਤਾਈ ਦੇ ਤਾਈ ਜੀ ਤੇ ਚਾਚੀ ਜੀ ਹੋਰ ਆਵਲ ਬੈਠ ਜਾਂਦੀ ਕੁਝ ਆਵਦਾ ਮਗਦਾ ਠਿੱਡ ਠੰਡਾ ਕਰੀ ਕੁੱਝ ਨਾਲ ਦੀਆਂ ਦਾ ਢਿੱਡ ਹੌਲਾ ਕਰਨੀ ਬਹੁਤ ਵੱਡਾ ਹਾਜ਼ਮਾ ਰੱਖਦੀ ਹੈ ਮੇਰੀ ਮਾਂ ਅੱਜ ਤੱਕ ਕਦੇ ਹੋਰ ਨਾ ਤੀਮੀਆਂ ਵਾਂਗੂ ਪੁੱਛ ਪਿਛਾਕਾ ਨਹੀਂ ਹੋਇਆ ਕਦੇ ਕਿਸੇ ਗੱਲ ਦੀ ਸੁਣ ਕੇ ਦੂਜੀ ਕੋਲ ਨਹੀਂ ਕਰੀ ਚਾਚੀਆਂ ਤਾਈਆਂ ਤੇ ਉਹਨਾਂ ਦੀਆਂ ਨੂਆ ਆਮ ਗਵੰਡਣਾ ਬੀਬੀ ਨਾਲ ਖੁੱਲ ਕੇ ਗੱਲਾਂ ਕਰ ਲੈਂਦੀਆਂ ਸੀ ਉਹ ਦਿਨ ਬੀਬੀ ਉਧਰ ਸੀ ਤੇ ਮੈਂ ਇੱਧਰ ਸੀ ਸ਼ੀਸ਼ੇ 'ਚ 20 ml ਵਾਲੀ ਵੱਡੀ ਸਿਰਿੰਜ ਭਰ ਰਿਆ ਸੀ ਬਾਥਰੂਮ 'ਚ ਏਵਲ 50 ਵਾਲੀ ਵਾਇਲ ਸ਼ੀਸ਼ੇ 'ਚ ਨੋਰਫੀਨ ਫਨਰਗਨ ਡਾਈਜ਼ਾਪਾਮ ਮਿਕਸ ਕਰਕੇ ਰੱਖਦਾ ਸੀ ਜਦੋਂ ਠੀਕ ਲੱਗਦਾ ਭਰ ਕੇ ਲਗਾ ਲੈਂਦਾ ਛੋਟੇ ਛੋਟੇ ਇਮਫਿਊਲ ਬਾਰ ਬਾਰ ਭੰਨਣ ਦਾ ਝੰਜੜ ਤੱਕ ਨਹੀਂ ਮੁਕਾ ਦਿੰਦਾ ਸੀ ਜਦੋਂ ਸ਼ੀਸ਼ੀ ਨੂੰ ਉਲਟਾ ਕਰਕੇ ਉੱਪਰ ਨੂੰ ਚੁੱਕ ਕੇ ਸਿਰਿੰਜ ਨੂੰ ਖਿੱਚ ਕੇ ਭਰ ਰਿਹਾ ਸੀ ਤਾਂ ਕੀ ਹੋਇਆ ਕਿ ਸੂਈ ਪਹਿਲਾਂ ਵਰਤੀ ਹੋਣ ਕਰਕੇ ਖੂਨ ਦਾ ਬੁੱਧ ਜਿਹਾ ਫਸ ਗਿਆ ਮੈਂ ਜ਼ੋਰ ਨਾਲ ਖਿੱਚ ਕੇ ਭਰਿਆ ਜ਼ੋਰ ਜਿਆਦਾ ਲੱਗਣ ਕਰਕੇ ਇੱਕੋ ਦਮ ਉਹ ਖੂਨ ਦਾ ਬੁੱਧ ਜਿਹਾ ਸਿਰਿੰਜ ਆ ਗਿਆ ਜਿਹਨੂੰ ਖਿੱਚ ਕੇ ਭਰਦੇ ਹੁੰਨੇ ਆ ਉਹ ਹੱਥ ਚ ਆ ਗਿਆ ਸਾਰਾ ਟਿਕਾ ਡੁੱਲ ਗਿਆ ਮੇਰੇ ਹੋਸ਼ ਉੱਡ ਗਏ ਉਧਰੋਂ ਅੰਮ੍ਰਿਤ ਆਉਣ ਵਾਲੀ ਸੀ ਹੁਣ ਕਿਤੇ ਬਾਹਰ ਨਹੀਂ ਸੀ ਜਾ ਹੁਣ ਸਿਰ 'ਚ ਜਿਵੇਂ 100 ਖੜਾ ਪਾਣੀ ਦਾ ਫੁੱਟ ਗਿਆ ਹੋਵੇ ਚੰਗੇ ਮਾੜੇ ਦੀ ਸੋਚ ਵਿਚਾਰ ਤਾਂ ਵੈਸੇ ਵੀ ਜਦੋਂ ਨਸ਼ਾ ਘਰ ਘਰ ਜਾਏ ਤਾਂ ਉਹ ਘਰੋਂ ਬਾਹਰ ਚਲੀ ਜਾਂਦੀ ਹੈ ਗੁਸਲਖਾਨੇ ਦੇ ਫਰਸ਼ ਤੇ ਨਿਗਾਹ ਮਾਰੀ ਤਾਂ ਹੋਰ ਵੀ ਪਾਣੀ ਖੜਾ ਸੀ ਸਿਮਿੰਟ ਵਾਲੇ ਫਰਸ਼ ਤੋਂ ਜਿੰਨਾ ਮਰਜ਼ੀ ਪਾਣੀ ਕੱਢ ਦਿਓ ਫੇਰ ਵੀ ਰਹਿ ਜਾਂਦਾ ਮੌਤ ਦੇ ਖੌਫ ਤੋਂ ਜ਼ਿਆਦਾ ਆਪ ਦੀ ਲਤ ਪੂਰੀ ਕਰਨ ਦਾ ਭੂਤ ਸਵਾਰ ਹੁੰਦਾ ਸੀ ਇਸੇ ਚੱਕਰ ਫਰਸ਼ ਤੇ ਪਿਆ ਸਾਰੇ ਪਾਣੀ ਸਿਰੰਜੇ ਚ ਭਰ ਲਿਆ ਵਿੱਚੇ ਹੀ ਸਾਬਣ ਵਾਲਾ ਹੋਰ ਗੰਧਮੰਦ 20 ml ਪੂਰਾ ਕਰਕੇ ਲਗਾ ਲਿਆ ਪੱਟ ਵਾਲੀ ਵੱਡੀ ਨਾਲੀ ਚ ਸਾਰੇ ਸਰੀਰ ਚ ਜਿਵੇਂ ਰਿੱਜ ਦਾ ਰਿੱਜ ਦਾ ਪਾਣੀ ਚਲਾ ਗਿਆ ਹੋਵੇ ਉਹ ਵੀ ਜਿਵੇਂ ਮਿਰਚਾਂ ਵਾਲਾ ਆਏ ਮਚ ਗਿਆ ਸਰੀਰ ਕੁੱਲੇ ਚੋਂ ਸੂਈ ਬਾਹਰ ਕੱਢਣ ਦੀ ਦੇਰ ਸੀ ਮੌਤ ਹੋਣੀ ਜਿਵੇਂ ਸ਼ੁਰੂ ਹੋ ਗਈ ਹੋਵੇ ਸਿਰ ਵਿੱਚੋਂ ਦੀ ਜਿਵੇਂ ਕੋਈ ਲੋਹੇ ਦੀ ਸੱਬਲ ਕੱਢ ਕੱਢ ਰਿਆ ਹੋਵੇ ਆਹ ਲੱਗੇ ਜਿਵੇਂ ਕੁਝ ਅੰਦਰੋਂ ਬਾਹਰ ਨਿਕਲ ਰਿਹਾ डम डम ਦੀ ਆਵਾਜ਼ ਧੜਕਣ ਤਾਂ ਜਿਵੇਂ ਰੁਕ ਗਈ ਸੀ ਜਾਂ ਫਿਰ ਤੇਜ਼ ਹੀ ਇੰਨੀ ਧੜਕ ਰਹੀ ਸੀ ਸ਼ਾਇਦ ਉਹ ਢੋਲ ਦੇ डम डम ਦੀ ਆਵਾਜ਼ ਧੜਕਣ ਦੀ ਸੀ ਇੱਕ ਹੱਥ ਸਿਰ 'ਚ ਫੇਰਾਂ ਤਾਂ ਥੋੜਾ ਆਰਾਮ ਮਿਲੇ ਦੂਜੇ ਹੱਥ ਨਾਲ ਖੂਨ ਰੋਕਿਆ ਹੋਇਆ ਜਿੱਥੋਂ ਸੂਈ ਬਾਹਰ ਕੱਢੀ ਸੀ ਵੱਡੀ ਨਾੜ 'ਚ ਖੂਨ ਦਾ ਪ੍ਰੈਸ਼ਰ ਇੰਨਾ ਹੁੰਦਾ ਹੈ ਜੀ ਅੰਗੂਠੇ ਦੇ ਜ਼ੋਰ ਨਾਲ ਨਾ ਦੱਬਿਆ ਕਰਾਂ ਤਾਂ ਖੂਨ ਦੇ ਫੁਆਰੇ ਚੱਲਣ ਇਸ ਕਸ਼ਮਕਸ਼ਟ ਸਾਰੀ ਲੋਅਰ ਲਹੂ ਨਾਲ ਲਤਪਤ ਹੋ ਗਈ ਡਿੱਗਦਾ ਸੰਭਲਦਾ ਗੁਸਲਖਾਨੇ ਚੋਂ ਬਾਹਰ ਆ ਗਿਆ ਬਾਹਰ ਬੰਤੋ ਤਾਈ ਜੀ ਤੋਤੇ ਹੋਰਾਂ ਵੱਲ ਨੂੰ ਜਾਂਦੇ ਖੁੱਲੇ ਗੇਟ ਰਾਹੀਂ ਸਾਫ਼ ਦਿਖੇ ਹੋਰ ਵੀ ਇੱਕ ਦੋ ਬੰਦੇ ਘਰ ਮੂਹਰੇ ਦੀ ਲੰਘੇ ਇੱਕ ਜੀ ਕਰੇ ਆਵਾਜ਼ ਮਾਰ ਲਵਾਂ ਪਰ ਡਰੀ ਵੀ ਜਾਵਾਂ ਵੀ ਜੇ ਨਾ ਮਰਿਆ ਫਿਰ ਕੀ ਕਹੂੰ ਮੇਰਾ ਤਾਂ ਸਾਰਾ ਭੇਦ ਖੁੱਲ ਜੂ ਸਭ ਨੂੰ ਪਤਾ ਲੱਗ ਜੂ ਕਿਉਂਕਿ ਮੈਨੂੰ ਅਜੇ ਵੀ ਏਸੀ ਕਿ ਮੈਨੂੰ ਪਿੰਡ ਦੇ ਲੋਕ ਇੱਕ ਖਿਡਾਰੀ ਵਜੋਂ ਇੱਕ ਪੜੇ ਲੈ ਕੇ ਮੁੰਡੇ ਵਜੋਂ ਜਾਣਦੇ ਐ ਪਰ ਅਸਲ ਚ ਐਵੇਂ ਹੁੰਦਾ ਨਹੀਂ ਕਿਉਂਕਿ ਤੁਹਾਡੀਆਂ ਚੰਗੀਆਂ ਗੱਲਾਂ ਬੇਸ਼ੱਕ ਨਾ ਪਤਾ ਲੱਗਣ ਗਲਤ ਆਦਤਾਂ ਤਾਂ ਆਪ ਦੱਸ ਦਿੰਦੀਆਂ ਨੇ ਬਾਜਾ ਮਾਰ ਮਾਰ ਉਸ ਦਿਨ ਜਦੋਂ ਥੋੜਾ ਠੀਕ ਹੋਇਆ ਤਾਂ ਬਹੁਤ ਸੋਹਾਂ ਖਾਧੀਆਂ ਕਿ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ ਚਾਹੇ ਮਰ ਜਾਵਾਂ ਪਰ ਹੱਥ ਨਹੀਂ ਲਾਉਣਾ ਪਰ ਕਿੱਥੇ ਇੱਕ ਰਾਤ ਮਸਾਂ ਕੱਟੀ ਫੇਰ ਸ਼ੁਰੂ ਉਹੀ ਨਸ਼ਾ ਉਹੀ ਨਰਕ ਨਰਕ ਨਹੀਂ ਮਹਾਨਰਕ ਅਗਲਾ ਕਾਂਡ ਨਰਕ ਦੇ ਉਹ ਦਿਨ ਵਿਆਹ ਤੋਂ ਬਾਅਦ ਪ੍ਰਾਈਵੇਟ ਨੌਕਰੀ ਵੀ ਕਈ ਜਗ੍ਹਾ ਕੀਤੀ ਪਰ ਮੈਨੂੰ ਕੋਈ ਮਹੀਨੇ 2 ਮਹੀਨੇ ਤੋਂ ਵੱਧ ਨਾ ਚੱਲਦਾ ਕੱਢ ਕੇ ਬਾਹਰ ਮਾਰਦੇ ਦੇਸ਼ ਭਗਤ ਕਾਲਜ 'ਚ ਬਤੌਰ ਡੀਪੀ ਕਮ ਹੌਸਟਲ ਵਾਰਡਨ ਦੀ ਨੌਕਰੀ ਮੈਂ 2 ਹਫ਼ਤੇ ਨਹੀਂ ਸੀ ਕਰ ਸਕਿਆ ਇੱਕ ਸ਼ਾਮ ਰੋਟੀ ਖਾਣ ਤੋਂ ਪਹਿਲਾਂ ਇੰਜੈਕਟ ਕਰ ਲਿਆ ਫਿਰ ਭੁੱਲ ਗਿਆ ਨਸ਼ੇ 'ਚ ਕਿ ਮੈਂ ਕਿੱਥੇ ਹਾਂ ਜਮਾ ਬੇਸੁਰਤ ਸੀ ਪੈਂਟ ਪਾਈ ਹੋਈ ਸੀ ਪਰ ਸ਼ਰਟ ਨਹੀਂ ਸੀ ਪਾਈ ਹੋਈ ਅੱਧ ਨੰਗਾ ਹੌਸਟਲ 'ਚ ਗੁਆਚਿਆ ਘੁੰਮਦਾ ਰਿਹਾ ਸਕਿਉਰਿਟੀ ਗਾਰਡਨਿਸ਼ ਸ਼ਿਕਾਇਤ ਕਰਦੀ। ਥੋੜੇ ਸਮੇਂ ਬਾਅਦ ਹੀ ਪ੍ਰਿੰਸੀਪਲ ਸ਼ਾਲੀਨੀ ਗੁਪਤਾ ਦਾ ਭਰਾ ਚੈੱਕ ਕਰਨ ਆ ਗਿਆ। ਮੈਂ ਮੰਨਣਾ ਕਿ ਮੈਂ ਕੁਝ ਕਰਿਆ ਕੋਈ ਨਸ਼ਾ ਵਗੈਰਾ ਡਰਾਮਾ ਕਰੀ ਜਾਵਾਂ। ਪਰ ਕਰੀਮ ਰੰਗ ਦੀ ਪੈਂਟ ਖੂਨ ਨਾਲ ਭਿੱਜੀ ਸਭ ਸਾਫ਼ ਕਰ ਰਹੀ ਸੀ ਕਿ ਮਾਮਲਾ ਜ਼ਿਆਦਾ ਹੀ ਗੜਬੜ ਹੈ। ਫਿਰ ਵੀ ਮੈਂ ਨੇਫੇ ਕੋਲ ਇੱਕ ਮੇਖ ਨਾਲ ਕੱਟ ਲਗਾ ਕੇ ਉਹਨੂੰ ਮੂਰਖ ਬਣਾਇਆ ਕਿ ਇਹ ਖੂਨ ਤਾਂ ਪੱਤੀ ਲੱਗਣ ਕਰਕੇ ਨਿਕਲਿਆ। ਜਦੋਂ ਚਲੇ ਗਏ ਤਾਂ ਮੈਂ ਉਸ ਸਕਿਉਰਿਟੀ ਗਾਰਡਨ ਨੂੰ ਬੁਰਾ ਭਲਾ ਬੋਲਿਆ। ਕੁੱਟਣ ਤੱਕ ਗਿਆ। ਫਰੋਸਿਆਣਾ ਸੀ ਤਾਂ ਬਚਤ ਰਹਿ ਗਈ ਦੂਜੇ ਦਿਨ ਜਦੋਂ ਮੈਨੂੰ ਪ੍ਰਿੰਸੀਪਲ ਦੇ ਦਫ਼ਤਰ ਬੁਲਾਇਆ ਤਾਂ ਮੈਂ ਮੁੱਕਰ ਗਿਆ ਪਰ ਜਿਹੜੀ ਰਾਤ ਨੂੰ ਤਲਾਸ਼ੀ ਚ ਨੀਡਲ ਸੂਈ ਮਿਲੀ ਸੀ ਉਹ ਉਹਨਾਂ ਨੇ ਰੈਸਟਿਕੇਟ ਆਰਡਰ ਦੇ ਨਾਲ ਫੜਾਤੀ ਇਹ ਵੀ ਦੱਸਤਾ ਕਿ ਤੇਰੀ ਵਾਈਫ ਕਰਕੇ ਰਾਤ ਤੈਨੂੰ ਹੋਸਟਲੋਂ ਬਾਹਰ ਨਹੀਂ ਸੁਟਿਆ ਨਹੀਂ ਤਾਂ ਕੋਈ ਹੋਰ ਹੁੰਦਾ ਰਾਤ ਹੀ ਭਜਾ ਦੇਣਾ ਸੀ ਜਾਂ ਪੁਲਿਸ ਨੂੰ ਫੜਾ ਦੇਣਾ ਸੀ ਜਦੋਂ ਮੈਂ ਬਾਹਰ ਨਿਕਲੇ ਆ ਦਰਵਾਜ਼ੇ ਕੋਲ ਅਮਰਤ ਖੜੀ ਅੱਖਾਂ ਭਰੀ ਬਿਚਾਰੀ ਨੂੰ ਇੱਕ ਵਾਰ ਫੇਰ ਬਹੁਤ ਬੇਇੱਜ਼ਤ ਹੋਣਾ ਪਿਆ ਮੇਰੇ ਕਰਕੇ। ਉਹ ਕਈ ਦਿਨਾਂ ਤੋਂ ਆਪਣੇ ਪੇਕਿਆਂ ਤੋਂ ਆ ਜਾ ਰਹੀ ਸੀ ਜਿੱਦਨ ਦੀ ਮੈਂ ਰਾਤ ਵਾਲੀ ਡਿਊਟੀ ਕਰਨੀ ਸ਼ੁਰੂ ਕੀਤੀ ਸੀ। ਇਹ ਕੋਈ ਚੌਥਾ ਜਾਂ ਪੰਜਵਾਂ ਦਿਨ ਹੋਣਾ। ਮੇਰਾ ਹੱਥ ਫੜ ਕੇ ਰਾਤ ਤੁਹਾਨੂੰ ਡੈਡੀ ਮਿਲ ਕੇ ਗਏ ਨੇ ਉਦੋਂ ਤਾਂ ਠੀਕ ᱛੀ। ਫਿਰ ਕੀ ਅੱਗ ਲੱਗ ਚੱਲੀ ਦੀ ਕਹਿ ਕੇ ਉਹਨੇ ਨਾਲ ਅੱਖਾਂ 'ਚ ਰੋਕੇ ਹੋਏ ਹੰਝੂ ਛੱਡਦੇ ਨਾਲੇ ਮੇਰਾ ਹੱਥ ਤੂੰ ਨਹੀਂ ਸੁਧਰਨਾ ਤੇਰੀਆਂ ਅੱਖਾਂ 'ਚ ਭੋਰਾ ਪਛਤਾਵਾ ਨਹੀਂ ਕਹਿ ਕੇ ਉਹ ਦਫ਼ਤਰ 'ਚ ਚਲੀ ਗਈ। ਅੱਪਾ ਚੁੱਪ ਰਹੇ ਕੁਝ ਬੋਲਣ ਜੋਗੇ ਹੈ ਵੀ ਨਹੀਂ ਸੀ ਦੂਜੇ ਦਿਨ ਸਟਾਫ ਵਾਲੇ ਉਹਨੂੰ ਮੇਰੀ ਰਾਤ ਦੀ ਹਰਕਤ ਬਾਰੇ ਪੁੱਛਣ ਤਾਂ ਰੋਈ ਜਾਵੇ ਫਿਰ ਬੇਇੱਜ਼ਤੀ ਮਹਿਸੂਸ ਕਰਦੀ ਵਿਚਾਰੀ ਅੱਧੀ ਛੁੱਟੀ ਲੈ ਕੇ ਪਿੱਕੇ ਘਰ ਚਲੀ ਗਈ ਬਹੁਤ ਦੇਣਦਾਰ ਹਾਂ ਮੈਂ ਉਸ ਕੁੜੀ ਦਾ ਜਿਹੜੀ ਮੇਰਾ ਸਾਥ ਦਿੰਦੀ ਰਹੀ ਨਹੀਂ ਤਾਂ ਨਾਬੇ ਕੋਲ ਬੀਨਾ ਹੈੜੀ ਪਿੰਡ ਇੱਕ ਸਕੂਲ 'ਚ ਨੌਕਰੀ ਮਿਲ ਗਈ 3500 ਰੁਪਏ ਮਹੀਨਾ ਬਤੌਰ ਡੀਪੀ ਮਾਸਟਰ ਵੈਸੇ ਨੌਕਰੀ ਵੀ ਡੈਡੀ ਨੇ ਹੀ ਦਵਾਈ ਸੀ ਸੋਰਾ ਸਾਹਿਬ ਨੇ 3 ਮਹੀਨੇ ਹੈਂਡਬਾਲ ਦੀ ਪ੍ਰੈਕਟਿਸ ਕਰਵਾਈ 14 ਸਾਲ ਤੋਂ ਘੱਟ ਮੁੰਡੇ ਕੁੜੀਆਂ ਦੀਆਂ ਟੀਮਾਂ ਪਹਿਲੇ ਨੰਬਰ ਤੇ ਰਹੀਆਂ ਪੂਰੀ ਚੜ੍ਹਾਈ ਸਕੂਲ 'ਚ ਸਕੂਲ ਮਾਲਕ ਨੇ ਡੈਡੀ ਨੂੰ ਫੋਨ ਕਰਕੇ ਮੇਰੀ ਤਾਰੀਫ਼ ਵੀ ਕੀਤੀ ਮੈਂ ਵੀ ਪੂਰੀਆਂ ਫੁਕਰੀਆਂ ਮਾਰੀਆਂ ਪਰ ਜਿਸ ਦਿਨ 17 ਸਾਲ ਤੋਂ ਘੱਟ ਮੁੰਡੇ ਕੁੜੀਆਂ ਦਾ ਫਾਈਨਲ ਮੈਚ ਸੀ ਉਸ ਦਿਨ ਮੈਂ ਉਥੋਂ ਮੌਕੇ ਤੇ ਪਹੁੰਚਿਆ ਹੀ ਨਾ ਗਿਆ ਚਹਿਲ ਅੱਡੇ 'ਚ ਉਸਮਾਨ ਲੈ ਕੇ ਪਾਤਸੂ ਬੀੜ ਦੇ ਸ਼ੁਰੂ 'ਚ ਇੱਕ ਬੰਦ ਪਈ ਫੈਕਟਰੀ 'ਚ ਜਾਵੜਿਆ ਸਮਾਂ ਸੀ 7 ਵਜੇ ਦਾ ਉਦੋਂ ਇਹ ਫੈਕਟਰੀ ਮੇਰਾ ਅੱਡਾ ਬਣ ਗਈ ਸੀ ਆਉਂਦੇ ਜਾਂਦੇ ਇੱਥੇ ਨਸ਼ਾ ਪੱਤਾ ਕਰਦਾ ਸੀ ਟੀਕਾ ਲਗਾਉਂਦੇ ਨੂੰ 나ੜਾ ਲੱਭਦੇ ਨੂੰ 2 ਘੰਟੇ ਲੱਗੇ ਮੱਸਾਂ ਕਿਤੇ ਕਾਮਯਾਬੀ ਮਿਲੀ ਫਿਰ ਲਾਲਚ ਦੇ ਮਾਰੇ ਤੇ ਦੁਬਾਰਾ ਨਾ ਨਾੜ ਨਾ ਲੱਬਣ ਦੇ ਡਰ ਨੇ ਜ਼ਿਆਦਾ ਮਾਤਰਾ ਚਲਵਾਤਾ ਟੱਲੀ ਹੋਏ ਨੂੰ ਚਾਬੀ ਨਾਲ ਲੱਭੀ ਭਟਕਦਾ ਰਿਹਾ ਇੱਧਰ ਉੱਧਰ ਪੂਰੇ 12 ਵਜੇ ਤੱਕ ਜਦੋਂ ਨਸ਼ਾ ਘਟਿਆ ਪਤਾ ਲੱਗਿਆ ਕਿ ਚਾਬੀ ਤਾਂ ਮੋਟਰਸਾਈਕਲ ਦੀ ਟੂਲ ਨੂੰ ਲੱਗੀ ਹੋਈ ਹੈ ਜਿੱਥੇ ਸਿਰਿੰਜਲ ਕੋਈ ਹੁੰਦੀ ਸੀ ਸਮਾਨ ਕੱਢਣ ਲੱਗੇ ਤਾਂ ਤੋਂ ਵਿੱਚ ਹੀ ਰਹਿ ਗਈ ਮੁੜ ਕੇ ਬੋਲੇ ਜੇ ਹੋਈ ਨੂੰ ਪਤਾ ਨਾ ਲੱਗਿਆ ਬਹੁਤ ਬੁਰਾ ਹਾਲ ਸੀ ਉਧਰ ਟੀਮਾਂ ਦੋਵੇਂ ਹਾਰ ਗਈਆਂ ਸੀ ਸਕੂਲ ਵਾਲੇ ਬਹੁਤ ਗੁੱਸੇ ਸੀ ਮੈਂ ਬਹਾਨਾ ਲਾ ਦਿੱਤਾ ਕਿ ਨਾਕੇ ਤੇ ਪੁਲਿਸ ਨੇ ਟਾਈਮ ਲਗਾਤਾ ਹੈਲਮਟ ਨਹੀਂ ਸੀ ਲਈ ਹੋਈ ਪਰ ਦੂਜੇ ਦਿਨ ਫੋਨ ਆ ਗਿਆ ਕਿ ਤੁਸੀਂ ਕੱਲ ਸਕੂਲ ਨਾ ਆਇਓ ਸਕੂਲ ਵਾਲਿਆਂ ਨੂੰ ਮੇਰੇ ਨਸ਼ੇ ਪੱਤੇ ਦਾ ਪਤਾ ਚੱਲ ਗਿਆ ਸੀ ਸ਼ਾਇਦ ਮਾੜੀ ਕਿਸਮਤ ਨੂੰ ਸਕੂਲ ਮਾਲਕ ਡੈਡੀ ਨੂੰ ਮਿਲ ਗਏ ਉਹਨਾਂ ਨੇ ਸਭ ਕੁਝ ਦੱਸਤਾ ਸੀ ਡੈਡੀ ਵੀ ਵਿਚਾਰੇ ਬਹੁਤ ਸ਼ਰਮਿੰਦੇ ਹੋਏ ਬਹੁਤ ਬੁਰਾ ਹਾਲ ਸੀ ਘਰ ਵਾਲੀ ਕੁਮਾਰੀ ਸੀ ਮੈਂ ਖਾ ਰਿਆ ਸੀ ਅਮਲ ਤੋਂ ਜ਼ਿਆਦਾ ਮੈਂ ਇਸ ਫੀਲਿੰਗ ਚ ਫਸ ਗਿਆ ਕਿ ਮੈਂ ਬੇਕਾਰ ਆ ਨਿਕੰਮਾ ਹੀਣ ਭਾਵਨਾ ਚ ਫਸੇ ਨੇ ਮਿਲ ਚ ਨੌਕਰੀ ਕਰ ਲਈ ਉੱਥੇ ਇੱਕ ਰਿਸ਼ਤੇਦਾਰ ਮੁੰਡਾ ਮਿਲ ਮਾਲਕ ਦਾ ਡਰਾਈਵਰ ਸੀ ਉਸੇ ਦੇ ਕਹਿਣ ਤੇ ਮੈਨੂੰ ਇਹ ਨੌਕਰੀ ਮਿਲੀ ਤੇ ਮਿਲ ਦੀ ਬਣ ਰਹੀ ਚਾਰ ਦੁਵਾਰੀ ਦਾ ਸੁਪਰਵਾਈਜ਼ਰ ਬਣਾਤਾ ਉਹਨਾਂ ਨੇ ਵੀ ਜਵਾਬ ਦਿੱਤਾ ਇੱਕ ਮਹੀਨੇ ਦੀ ਤਨਖਾਹ ਦੇ ਕੇ ਕਹਿੰਦੇ ਤੂੰ ਸਾਡੇ ਲਈ ਵੀ ਤੇ ਸਮਾਜ ਲਈ ਵੀ ਹਾਨੀਕਾਰਕ ਹੈ। ਅਸਲ 'ਚ ਇੱਕ ਦਿਨ ਛੁੱਟੀ ਸਮੇਂ ਮੀਂਹ ਪੈਣ ਲੱਗ ਪਿਆ। ਇਹ ਬਿਹਾਰੀ ਮਜ਼ਦੂਰ ਗਰਮੀ ਸਰਦੀ ਤਾਂ ਸਹਾਰ ਲੈਂਦੇ ਨੇ ਪਰ ਮੀਂਹ ਦੀ ਕਣੀ ਨਹੀਂ ਪੈਣ ਦਿੰਦੇ ਪਿੰਡੇ ਉੱਤੇ। ਉਸ ਦਿਨ ਮੈਂ ਕਿਸੇ ਨਵੇਂ ਬਣੇ ਠੀਏ ਤੇ ਆਪਣਾ ਨਸ਼ਾ ਪੂਰਾ ਕਰ ਰਿਹਾ ਸੀ। ਮਜ਼ਦੂਰ ਭਈਏ ਸਮਾਨ ਉੱਥੇ ਛੱਡ ਕੇ ਭੱਜ ਗਏ ਜਦੋਂ ਕਣੀਆ ਸ਼ੁਰੂ ਹੋਈਆਂ। ਮੈਂ ਵੀ ਟੈਟ ਹੋ ਕੇ ਘਰ ਚਲਾ ਗਿਆ। ਦੂਜੇ ਦਿਨ ਮਿਲ ਮਾਲਕ ਨੇ ਆ ਅੱਖਾਂ ਦਿਖਾਈਆਂ ਬੋਲਿਆ ਉਹ ਐਵੇਂ ਜਿਵੇਂ ਮੈਂ ਕੋਈ ਚੋਰ ਹੋਵਾਂ ਜਿਵੇਂ ਰੰਗੇ ਹੱਥੀ ਫੜੇ ਆ ਗਿਆ ਹੋਵਾਂ ਬੇਸ਼ੱਕ ਨਸ਼ੇ ਨੇ ਬੁਰਾ ਹਾਲ ਕਰ ਰੱਖਿਆ ਸੀ ਹਾਲਾਤ ਵੱਧ ਤੋਂ ਵੱਧਰ ਹੋ ਚੁੱਕੇ ਸੀ ਪਰ ਕਿਤੇ ਨਾ ਕਿਤੇ ਮੇਰਾ ਅੰਦਰਲਾ ਮੰਗਾ ਜਿਉਂਦਾ ਸੀ ਜੀ ਜਿਹੜਾ ਨੁਕਸਾਨ ਹੋਇਆ ਮੇਰੀ ਤਨਖਾਹ ਚੋਂ ਕੱਟ ਲਓ ਤੇ ਕੋਈ ਹੋਰ ਬੰਦਾ ਲੱਭ ਲਓ ਮੇਰੀਆਂ ਲਾਲ ਅੱਖਾਂ ਦੇਖੋ ਲਾਲਾ ਸ਼ਾਂਤ ਹੋ ਗਿਆ ਜਦੋਂ ਹਿਸਾਬ ਕਿਤਾਬ ਕਰਕੇ ਕਮਰੇ ਚੋਂ ਬਾਹਰ ਆਇਆ ਤਾਂ ਗੇਟ ਤੇ ਉਹੀ ਰਿਸ਼ਤੇਦਾਰ ਖੜਾ ਜੋ ਉਸ ਲਾਲੇ ਦਾ ਡਰਾਈਵਰ ਸੀ ਮੋਟਰਸਾਈਕਲ ਦੀ ਕਿੱਕ ਮਾਰੀ ਤਾਂ ਮੇਰੇ ਕੋਲ ਆ ਕੇ ਕਹਿੰਦਾ ਕਾਲੇ ਤੂੰ ਹੀ ਮੰਗਾ ਜਿਨੇ ਪਟਿਆਲੇ ਇੰਨੀ ਚੜਾਈ ਕਰੀ ਰੱਖੀ ਸੀ ਥੋੜਾ ਤਾਂ ਯਾਰ ਠੱਗ ਸਟਾਈਲ ਕਿੰਨਾ ਮਸ਼ਹੂਰ ਸੀ ਹੁਣ ਦੇਖ ਆਪਦੀ ਹਾਲਤ ਕੋਈ ਯਕੀਨ ਨਹੀਂ ਕਰ ਸਕਦਾ ਉਹਦੇ ਕਹੇ ਬੋਲਾ ਲੂਣਾ ਜੇ ਮਾਰਿਆ ਪਰ ਫਿਰ ਦਿਮਾਗ 'ਚ ਹਵਾਲਾ ਦਾ ਡਰ ਵੀ ਆ ਗਿਆ ਕਿ ਉੱਥੇ ਸਮਾਨ ਨਹੀਂ ਮਿਲਣਾ ਔਖਾ ਹੋ ਜੂ ਤੋੜ ਦਾ ਡਰ ਗੋਲੀ ਦੇ ਡਰ ਤੋਂ ਵੀ ਜ਼ਿਆਦਾ ਲੱਗਦਾ ਸੀ ਉਹ ਰਿਸ਼ਤੇਦਾਰ ਮੁੰਡਾ ਸਾਡੇ ਕੋਲ ਬਹੁਤ ਵਾਰੀ ਰਹਿ ਕੇ ਆਇਆ ਸੀ ਹੋਸਟਲ 'ਚ ਬਸ ਫਿਰ ਰਗਾ 'ਚ ਦੌੜੀ ਜਿ ਥੋੜੀ ਜੀ ਅਣਖ ਨੂੰ ਸੂਈ ਨਾਲ ਸ਼ਾਂਤ ਕਰ ਲਿਆ ਹੁਣ ਸੋਚਦਾ ਵੀ ਜਿੱਡੀ ਮਰਜ਼ੀ ਅਣਖ ਹੋਵੇ ਬੰਦੇ 'ਚ ਪਰ ਨਸ਼ੇ ਦੀ ਗੁਲਾਮੀ ਪਾਲਤੂ ਕੁੱਤੇ ਵਾਂਗ ਗਲ 'ਚ ਪਟਾ ਪਾ ਲੈਂਦੀ ਐ ਨਹੀਂ ਤਾਂ ਉਸ ਲਾਲੇ ਨੂੰ ਘੜੀਸ ਕੇ ਸੜਕ ਤੇ ਨਾ ਲਿਆਂਦਾ ਹੁੰਦਾ ਬਹੁਤ ਮਾੜਾ ਸਮਾਂ ਦਿਖਾਇਆ ਇਸ ਦਲਦਲ ਨੇ ਇੱਥੇ ਵੀ ਪਤਾ ਨਹੀਂ ਮੈਂ ਕਿਵੇਂ ਬਚ ਗਿਆ ਉਦੋਂ ਅਸੀਂ ਫਤੇਗੜ ਸਾਹਿਬ ਰਹਿਣ ਲੱਗ ਪਏ ਸੀ ਸ਼੍ਰੋਮਣੀ ਕਮੇਟੀ ਦੇ ਬਣੇ ਫਲੇਟਾਂ 'ਚ ਅਮਰਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਕਾਲਜ 'ਚ ਨੌਕਰੀ ਮਿਲ ਗਈ ਸੀ ਪੁਰਾਣੇ ਕਾਲਜ 'ਚ ਮੈਂ ਬਦਨਾਮੀ ਇੰਨੀ ਕਰਵਾਤੀ ਸੀ ਵਿਚਾਰੀ ਦੀ ਉਹ ਠੁੱਕ ਜੀ ਨਹੀਂ ਸੀ ਰਹੀ ਹੀਣਤਾ ਮਹਿਸੂਸ ਕਰਦੀ ਰਹਿੰਦੀ ਸੋ ਨੌਕਰੀ ਛੱਡ ਹੀ ਆਈ ਸਰਕਾਰੀ ਸਕੂਲ 'ਚ ਵੀ ਇੱਕ ਵਾਰੀ ਤਾਂ ਸਵੇਰ ਦੀ ਸਭਾ ਕਰਵਾ ਕੇ ਬਾਥਰੂਮ 'ਚ ਜਿਆ ਵੜਿਆ ਕਿ ਸਾਰਾ ਦਿਨ ਹੀ ਖੁਜਲੀ ਹੈ 나ੜ ਹੀ ਨ ਲੱਭੀ ਅੱਧੀ ਛੁੱਟੀ ਤੱਕ ਅੰਦਰ ਹੀ ਰਿਹਾ 나ੜ ਲੱਭਦੀ ਵੀ ਕਿਵੇਂ ਹੁਣ ਤਾਂ ਪੱਟ ਵਾਲੀਆਂ ਵੱਡੀਆਂ 나ੜਾਂ ਵੀ ਬੰਦ ਹੋ ਚੁੱਕੀਆਂ ਸੀ ਸਾਲ ਪਹਿਲਾਂ ਜਦੋਂ ਅਮਰਤ ਰਸ ਕੇ ਪੇਕੇ ਚਲੀ ਗਈ ਤਬ ਮੈਥੋਂ ਦੋਵੇਂ ਪੱਟਾਂ ਦੀਆਂ ਨਾੜਾਂ ਬੰਦ ਹੋ ਗਈਆਂ ਸੀ ਸਹੀ ਟੀਕਾ ਨਾ ਲੱਗਣ ਕਰਕੇ ਪੱਸ ਪੈ ਗਈ ਸੀ ਕਹਿਣ ਤੋਂ ਭਾਵ ਟੀਕੇ ਪੱਕ ਗਏ ਸੀ ਡਾਕਟਰ ਕਿੰਨੀ ਲੰਬੀ ਪੱਟੀ ਦਵਾਈ ਨਾਲ ਲਬੇੜ ਕੇ ਪੱਕੇ ਹੋਏ ਟੀਕੇਆਂ ਦੀਆਂ ਖੱਡਾਂ ਚ ਪਾ ਦਿਆ ਕਰੇ ਤਿੰਨ ਚਾਰ ਮਹੀਨੇ ਚ ਮਸਾਂ ਥੋੜਾ ਠੀਕ ਹੋਈ ਸੀ ਘਰਦਿਆਂ ਨੂੰ ਝੂਠ ਬੋਲ ਕੇ ਸੱਚ ਜਿਚਾਤਾ ਕਿ ਮੇਰੇ ਤਾਂ ਉਲ ਵਿੱਚ ਪੱਕ ਗਏ ਹਨ ਪੋਲ ਮੇਰੇ ਛੋਟੇ ਹੁੰਦੇ ਦੇ ਨਿਕਲਦੇ ਹੁੰਦੇ ਸੀ ਕੁੱਲਿਆਂ ਚ ਜਾਂ ਕੱਛਾਂ ਚ ਜਿਵੇਂ ਨਾੜ ਜੀ ਫੁੱਲੀ ਹੋਵੇ ਘਟੋਲੀ ਜੀ ਬਣ ਜਾਂਦੀ ਸੀ ਮੱਠੇ ਮੱਠੇ ਦਰਦ ਹੁੰਦੀ ਰਹਿੰਦੀ ਕਈ ਵਾਰ ਥੋੜਾ ਬਹੁਤ ਬੁਖਾਰ ਵੀ ਚੜ ਜਾਂਦਾ ਆਮ ਕਰਕੇ ਤਾਂ ਹੀ ਨਿਕਲਦੇ ਜੀ ਪੈਰ ਤੇ ਜਾਂ ਹੱਥ ਤੇ ਸੱਟ ਵੱਜੀ ਹੁੰਦੀ ਜਾਂ ਠੋਕਰ ਵੱਜ ਕੇ ਜਾਂ ਕੋਈ ਜ਼ਖਮ ਪੱਕ ਗਿਆ ਹੁੰਦਾ ਉਸ ਦਿਨ ਸਕੂਲ ਦੇ ਬਾਥਰੂਮ ਚ ਵੀ ਬਹੁਤ ਜ਼ੋਰ ਲਾਇਆ ਸੀ ਕਿ ਸਿਰਿੰਜ ਦੀ ਸੂਈ ਨਾੜ ਤੱਕ ਪਹੁੰਚ ਜਾਏ ਕਦੇ ਇੱਧਰਲੇ ਪਾਸੇ ਕਦੇ ਉੱਧਰਲੇ ਬਾਰ-ਬਾਰ ਕੋਸ਼ਿਸ਼ ਕਰ ਰਿਹਾ ਸੀ ਪਰ ਗੱਲ ਨਾ ਬਣੀ ਕਾਲੀ-ਕਾਲੀ 'ਚ ਜ਼ਿਆਦਾ ਧੱਕਾ ਕੀਤਾ ਸਗੋਂ ਸੂਈ ਵਿੱਚ ਹੀ ਟੁੱਟ ਗਈ ਐਨਾ ਸ਼ੁਕਰ ਮਾਸ ਦੇ ਵਿੱਚ ਨਾ ਰਹਿ ਗਈ ਬਹੁਤ ਔਖੀ ਖਿੱਚੀ ਪਰ ਨਿਕਲ ਗਈ ਬਹੁਤ ਔਖੀ ਘੜੀ ਹੁੰਦੀ ਸੀ ਉਹ ਜਦੋਂ ਟੀਕਾ ਨਾ ਲੱਗਣਾ ਤੇ ਉੱਪਰੋਂ ਸਮਾਂ ਹੋਈ ਜਾਣਾ ਡਰ ਲੱਗਣਾ ਵੀ ਕੋਈ ਅੰਦਰ ਨਾ ਆ ਜਾਏ ਕਈ ਵਾਰ ਤਾਂ ਦਰਵਾਜ਼ੇ ਅੰਦਰੋਂ ਬੰਦ ਵੀ ਨਹੀਂ ਸੀ ਹੁੰਦੇ ਖਾਸ ਕਰਕੇ ਸਰਕਾਰੀ ਬਾਥਰੂਮਾਂ ਦੇ ਮੈਂ ਸੋਚਦਾ ਹੁੰਨਾ ਕਿ ਅੱਜ ਉਹਨਾਂ ਬਾਥਰੂਮਾਂ 'ਚ ਮੈਥੋਂ 1 ਮਿੰਟ ਨਹੀਂ ਖੜ ਹੁੰਦਾ ਇਨਾ ਗੰਦਾ ਮੁਸ਼ਕ ਮਾਰਦਾ ਹੁੰਦਾ ਕੋਲੋਂ ਦੀ ਲੰਘਣਾ ਵੀ ਔਖਾ ਹੁੰਦਾ ਪਰ ਉਹ ਤੋਂ ਸਾਰਾ ਸਾਰਾ ਦਿਨ ਹੀ ਉੱਥੇ ਲੰਘ ਜਾਂਦਾ ਸੀ ਸੱਚੀ ਜੇ ਕਿਤੇ ਨਰਕ ਹੈ ਤਾਂ ਮੇਰੇ ਵਰਗੇ ਦੀ ਜ਼ਿੰਦਗੀ ਚ ਹੀ ਹੁੰਦਾ ਸੀ ਸ਼ਾਇਦ ਨਰਕ ਤੋਂ ਵੀ ਮਹਾਨ ਨਰਕ ਜਿਹੋ ਜਿਹੇ ਹਾਲਾਤ ਮੇਰੇ ਸੰਨ ਇੱਥੇ ਵੀ ਦਰਸ਼ਨ ਸਰ ਬੀ ਪੀਓ ਤੇ ਬਾਕੀ ਅਧਿਆਪਕ ਜੋ ਡਿਪੂਟੇਸ਼ਨ ਤੇ ਕੰਮ ਕਰਦੇ ਸੀ ਉਹਨਾਂ ਕਰਕੇ ਬਚਿਆ ਰਿਹਾ ਉਦੋਂ ਸਕੂਲ 'ਚ ਤਾਂ ਮੈਂ ਇਕੱਲਾ ਹੀ ਅਧਿਆਪਕ ਸੀ ਪਰ ਬਲਾਕ ਦਾ ਦਫਤਰ ਇਸ ਇਮਾਰਤ 'ਚ ਚੱਲਣ ਕਰਕੇ ਸੋਹਣੀ ਰੌਣਕ ਰਹਿੰਦੀ। ਨਹੀਂ ਤਾਂ ਕਈ ਵਾਰ ਮੈਂ ਆਪਣਾ ਸਮਾਨ ਲੈਣ ਗਿਆ ਕਿੰਨਾ-ਕਿੰਨਾ ਚਰਮੜਦਾ ਹੀ ਨਾ ਖਾਲੀ ਸਕੂਲ ਦੀ ਜੇ ਕੋਈ ਸ਼ਿਕਾਇਤ ਕਰ ਦਿੰਦਾ ਤਾਂ ਕੰਮ ਖਰਾਬ ਹੋ ਜਾਣਾ ਸੀ, ਮੁੱਕਰੀ ਵੀ ਜਾ ਸਕਦੀ ਸੀ। ਫਿਰ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਸ਼ਿਕਾਇਤ ਨਾ। ਅਗਲਾ ਕਾંડ ਹੈ ਕੁੰਭੇ ਨਰਕ। 2008 ਦੇ ਸ਼ੁਰੂ ਦੀ ਗੱਲ ਹੈ। ਤਰੀਕ ਮੇਰੇ ਯਾਦ ਨਹੀਂ, ਸਰਕਾਰੀ ਨੌਕਰੀ ਸੀ। ਤਨਖਾਹ ਵੀ ਵਧੀਆ ਸੀ ਹੌਸਲਾ ਵੀ ਵੱਧ ਗਿਆ ਸੀ ਮਹਿਸੂਸ ਐਵੇਂ ਦਾ ਹੋ ਰਿਹਾ ਸੀ ਜਿਵੇਂ ਗੱਟਰ ਚੋਂ ਨਿਕਲ ਕੇ ਗਾਰਾ ਜਿਹਾ ਉਤਾਰਤਾ ਹੋਵੇ ਜਿਵੇਂ ਕਈ ਮਹੀਨਿਆਂ ਬਾਅਦ ਜਮਾਨਤ ਮਿਲੀ ਹੋਵੇ ਕਾਲ ਕੋਠੜੀ ਚੋਂ ਕੁਝ ਕੁਝ ਵਧੀਆ ਲੱਗ ਰਿਹਾ ਸੀ ਪੈਸੇ ਕੋਲ ਰਹਿਣ ਲੱਗ ਪਏ ਸਨ ਅਸਲ ਚ ਤਨਖਾਹ ਨਾਲੋਂ ਵੀ ਮੈਨੂੰ ਮੇਰੇ ਖੋਏ ਹੋਏ ਵਜੂਦ ਚੋਂ ਹੋ ਰਹੀ ਵਾਪਸੀ ਜ਼ਿਆਦਾ ਵਧੀਆ ਲੱਗ ਰਹੀ ਸੀ ਮੈਂ ਹੁਣ ਸੁਧਰ ਗਿਆ ਸੀ ਇੱਜ਼ਤ ਹੋਣੀ ਸ਼ੁਰੂ ਹੋ ਗਈ ਸਾਰੇ ਰਿਸ਼ਤੇਦਾਰ ਯਾਰ ਦੋਸਤ ਕਹਿਣ ਲੱਗ ਪਏ ਕਿ ਮੰਗਾ ਹੁਣ ਬੰਦਾ ਬਣ ਗਿਆ ਹੁਣ ਅੱਖਾਂ ਖੋਲ ਕੇ ਰੱਖਦਾ ਹੁਣ ਝੂਲੇ ਨਹੀਂ ਖਾਂਦਾ ਪਰ ਅਸਲ ਸੁਧਾਰ ਨਹੀਂ ਸੀ ਹੈਗਾ ਇਹ ਤਾਂ ਨਕਾਬ ਸੀ ਜੋ ਹੁਣ ਚੜਾ ਲਿਆ ਸੀ ਜਾਂ ਫਿਰ ਇਹ ਕਹਿਣਾ ਜ਼ਿਆਦਾ ਸਹੀ ਰਹੇਗਾ ਕਿ ਮਜਬੂਰੀ ਵਸ ਸੁਧਾਰ ਦਾ ਗਲਾਫ ਆਪਣੇ ਆਪ ਚੜ ਗਿਆ ਸੀ ਇਹ ਧੋਖਾ ਸੀ ਸਭ ਨਾਲ ਤੇ ਆਪਣੇ ਆਪ ਨਾਲ ਚਾਰਾ ਵੀ ਨਹੀਂ ਸੀ ਕੋਈ ਕਿਉਂਕਿ ਜ਼ਿੰਦਗੀ ਦੀ ਰਜਾਈ 'ਚ ਰੂਹ ਹੁਣ ਨਗੰਦੀ ਜਾਨ ਜੁਗੀ ਨਹੀਂ ਸੀ ਰਹੀ ਖਿਲਰ ਰਹੀ ਸੀ ਗਲੀਆਂ ਨਾਲੀਆਂ 'ਚ ਵੱਡੇ ਵੱਡੇ ਮਘੋਰੇ ਹੋ ਚੁੱਕੇ ਸੀ ਲੋਗੜ ਦੇ ਰੁਗਬਾਰ ਨੂੰ ਝਾਕ ਰਹੇ ਸੀ ਪਰ ਇਸ ਨਕਲੀ ਜਿਹੇ ਬੁੱਧੇ ਜਿਹੇ ਸੁਧਾਰ ਦੇ ਖਿਲਾਫ ਨੇ ਇੱਕ ਵਾਰ ਟੱਕ ਤਾਂ ਦਿੱਤੀ ਸੀ ਜ਼ਿੰਦਗੀ ਪਰ ਇਹ ਗਲਾਫ ਵੀ ਤਾਂ ਆਪਣੇ ਆਪ ਹੀ ਚੜਿਆ ਸੀ ਨਕਲੀ ਤਾਂ ਨਕਲੀ ਹੁੰਦਾ ਹੈ ਉਨੇ ਉਤਰ ਨਹੀਂ ਸੀ ਮੈਂ ਰੋਜ਼ਾਨਾ ਵਾਂਗ ਜਲਦੀ ਉੱਠਿਆ ਪੂਰੀ ਠੰਡ ਪਵੇ ਬਾਥਰੂਮ ਚ ਨਸ਼ੇ ਦੀ ਪੂਰਤੀ ਕਰਕੇ ਫਲੈਟ ਤੋਂ ਥੱਲੇ ਉਤਰਿਆ ਇੱਕ ਕਿਸਮ ਦੀ ਮੇਰੀ ਰੁਟੀਨ ਜੀ ਬਣ ਗਈ ਸੀ ਪੌੜੀਆਂ ਉਤਰਦੇ ਹੀ ਨਾਰਫਿੰਦ ਦਾ ਸਵਾਦ ਮੇਰੇ ਗਲੇ 'ਚ ਆ ਗਿਆ ਸੀ ਟੀਕਾ ਲੱਗਦੇ ਸਾਰ ਨਾਰਫਿੰਦ ਦਾ ਸਵਾਦ ਗਲਚੋਣਾ ਵੀ ਇੱਕ ਸਵਾਦ ਸੀ ਇੱਕ ਮਜ਼ਾ ਸੀ ਇਸੇ ਮਜ਼ੇ ਕਰਕੇ ਸਾਰੀ ਦਿਹਾੜੀ ਟੀਕੇ ਦਾ ਸਵਾਦ ਲਈ ਜਾਣ ਨੂੰ ਦਿਲ ਕਰੀ ਜਾਂਦਾ ਜੇ ਨਾੜ ਲੱਭ ਜਾਂਦੀ ਤਾਂ ਉਹਨਾਂ ਚਰ ਲਗਾਈ ਜਾਂਦਾ ਜਦ ਤੱਕ ਸਟਾਕ ਖਤਮ ਨਾ ਹੁੰਦਾ ਜਦੋਂ ਨਸ਼ਾ ਪੂਰਾ ਹੋ ਜਾਂਦਾ ਇੱਕ ਹੋਰ ਸਵਾਦ ਲੈਣ ਦੀ ਆਦਤ ਸੀ ਇੱਕੋ ਦਮ ਤੰਬਾਕੂ ਖਾਣ ਦੀ ਇੱਕ ਤਲਬ ਜਿਹੀ ਉੱਠਦੀ ਆਪ ਦੀ ਜਰਦੇ ਦੀ ਪੂਰੀ ਖਤਮ ਸੀ ਆਲਾ ਦਵਾਲਾ ਦੇਖਿਆ ਪਰ ਕੋਈ ਨਾ ਦਿਖਿਆ ਜਿਸ ਤੋਂ ਤੰਬਾਕੂ ਮਿਲ ਸਕਦਾ ਦੇਖਦਾ ਵੀ ਕਿਵੇਂ ਆਂਡੀ ਗਵਾਂਡੀ ਸਭ ਅਮਰਤਾਰੀ ਨੇ ਇੱਥੇ ਤਾਂ ਜੇ ਲੇਬਰ ਵਾਲਿਆਂ ਦੀ ਖਾਲੀ ਪੁੜੀ ਵੀ ਮਿਲ ਪਈ ਮਿਲ ਜਾਏ ਤਾਂ ਉਹ ਕਜੀਆਂ ਕਰਦੇ ਨੇ ਉਹਨਾਂ ਨੂੰ ਘੂਰਦੇ ਰਹਿੰਦੇ ਨੇ ਮਾਹੌਲ ਬੜਾ ਧਾਰਮਿਕ ਹੈ ਜਿੱਥੇ ਅਸੀਂ ਰਹਿੰਦੇ ਹਾਂ ਇਹ ਲੇਬਰ ਵਾਲੇ ਭਈਏ ਹੀ ਅੜਦੇ ਥੋੜੇ ਦੇ ਮੇਰੇ ਕੰਮ ਆਉਂਦੇ ਪਰ ਐਨੀ ਸਵੇਰ ਉਹਨਾਂ ਨੂੰ ਮਿਲਣਾ ਮੁਸ਼ਕਲ ਸੀ ਉਹ ਉਹਨਾਂ ਦੀਆਂ ਚੌਪੜੀਆਂ ਸਾਡੇ ਫਲੈਟਾਂ ਦੇ ਨੇੜੇ ਹੀ ਹਨ ਜਦੋਂ ਤਲ ਬੁੱਠੀ ਹੋਵੇ ਤਾਂ ਉਹਨੂੰ ਪੂਰਾ ਕਰਨਾ ਹੀ ਸਭ ਤੋਂ ਜ਼ਰੂਰੀ ਹੁੰਦਾ ਹੈ ਇੱਜ਼ਤ ਬੇਇੱਜ਼ਤੀ ਯਾਦ ਨਹੀਂ ਰਹਿੰਦੀ ਜਾਂ ਜੇ ਦਿਮਾਗ 'ਚ ਆਉਂਦੀ ਵੀ ਹੈ ਤਾਂ ਵੀ ਨਸ਼ੇ ਦੀ ਬਿਮਾਰੀ ਬਾਜ਼ੀ ਮਾਰ ਜਾਂਦੀ ਹੈ ਉਸ ਦਿਨ ਠੰਡ ਜ਼ਿਆਦਾ ਹੋਣ ਕਰਕੇ ਮੈਂ ਲੋਈ ਵੀ ਲਈ ਸੀ ਸਿਰ ਤੇ ਪਰਨਾ ਵੀ ਬੰਨਿਆ ਸੀ ਜਮਾ ਪਿੰਡੂ ਸਟਾਈਲ 'ਚ ਲੇਬਰ ਦੀਆਂ ਝੁੱਗੀਆਂ ਕੋਲ ਜਾ ਕੇ ਦੇਖਿਆ ਤਾਂ ਕੋਈ ਜਾਣੀ ਪਛਾਣੀ ਸ਼ਕਲ ਨਾ ਦਿਖੇ ਮੂੰਹ ਨੇ ਰਸੀ ਅਜੇ ਉੱਤੋਂ ਬਿਜਲੀ ਖਰਾਬ ਪਹਿਲਾਂ ਤਾਂ ਥੋੜੀ ਦੂਰੋਂ ਖੜੇ ਨੇ ਨਿਗਾ ਮਾਰੀ ਫਿਰ ਚੁੱਲ੍ਹੇ ਨੂੰ ਕਰੇ ਕੱਚੇ ਜੇ ਓਟੇ ਤੇ ਕੋਹਣੀਆਂ ਰੱਖ ਦੇਖਣ ਲੱਗ ਪਿਆ ਉੱਥੋਂ ਕੋਈ ਔਰਤ ਭਾਂਡਾ ਚੱਕਦੀ ਸੀ ਪਰ ਉਹ ਭਈਆ ਰਾਣੀ ਮੈਂ ਦੇਖੀ ਨਹੀਂ ਮੈਂ ਤਾਂ ਅੰਦਰ ਮੰंजे ਤੇ ਬੈਠੇ ਇੱਕ ਭਈਏ ਨੂੰ ਇਸ਼ਾਰੇ ਕਰ ਰਿਆ ਸੀ ਖੰਗੂਰਾ ਜਿਹਾ ਮਾਰ ਕੇ ਬੁਲਾਉਣ ਦੀ ਕੋਸ਼ਿਸ਼ ਟ ਸੀ ਪਰ ਉਹ ਚੁੱਲੇ ਨੂੰ ਚੁੱਲੇ ਤੇ ਨੂੰ ਝੁਗੀ ਹੋਈ ਸੀ ਤੇ ਜਦੋਂ ਪ੍ਰਵਾਸੀ ਔਰਤ ਨੇ ਮੂੰਹ ਉੱਪਰ ਚੁੱਕਿਆ ਤਾਂ ਮੈਂ ਪਮਤਰ ਗਿਆ ਉਹ ਵੀ ਡਰ ਗਈ ਮੇਰੇ ਮੂੰਹ ਦੇ ਜਮਾ ਕੋਲ ਹੋ ਗਿਆ ਉਹਦਾ ਮੂੰਹ ਪਰ ਗੁੱਸੇ ਚ ਬੋਲੀ ਹੇ ਇਹ ਕੀ ਹੈ ਉਹ ਕਬਰਾ ਕੇ ਆਏ ਚੀਕੀ ਜਿਵੇਂ ਉਹਦੀ ਇੱਜ਼ਤ ਨੂੰ ਹੱਥ ਪੈ ਗਿਆ ਹੋਵੇ ਮੈਂ ਵੀ ਇੱਕਦਮ ਪਿੱਛੇ ਹਟ ਗਿਆ ਅੰਦਰੋਂ ਇੱਕ ਬਜ਼ੁਰਗ ਔਰਤ ਇੱਕ ਭਈਆ ਤੇ ਦੋ ਗਵੰਡ ਵਾਲੇ ਝੁੱਗੀ ਚੋਂ ਬਾਹਰ ਆ ਗਏ ਅੱਖਾਂ ਜਿਹਾ ਮਲਦੇ ਮਲਦੇ ਉਹ ਮੈਨੂੰ ਭੱਜ ਭੱਜ ਪੈਣ ਜਿਵੇਂ ਖਾ ਜਾਣਗੇ ਪਹਿਲੀ ਔਰਤ ਨੂੰ ਤਾਂ ਮੈਂ ਜਿਵੇਂ ਕੋਈ ਇੱਜ਼ਤ ਦਾ ਲੁਟੇਰਾ ਲੱਗੀ ਜਾਵਾਂ ਉਹਨੇ ਹੱਥ 'ਚ ਦਾਤੀ ਵੀ ਚੱਕ ਲਈ ਸੀ ਮੇਰਾ ਦਿਲ ਕਰੇ ਕਿ ਕੁਮਾਰਾ ਇਹਨਾਂ ਦੇ ਕੰਨਾਂ ਤੇ ਫਿਰ ਪਰ ਫਿਰ ਰੌਲਾ ਪੈ ਜਾਣਾ ਸੀ ਕਿਉਂਕਿ ਇਹਨਾਂ ਨੂੰ ਤਾਂ ਮੈਂ ਮਨਾ ਰਿਆ ਸੀ ਕਿ ਮੈਂ ਜਰਦਾ ਖਾਣਾ ਆਇਆ ਔਡਰ ਰਿਹਾ ਸੀ ਕਿ ਰੋਲਾ ਪੈਣ ਤੇ ਫਲੇਟਾਂ ਵਾਲਿਆਂ ਨੂੰ ਕੀ ਕਹੂੰਗਾ ਜੇ ਪਤਾ ਚੱਲ ਗਿਆ ਫਿਰ ਅਮਰਤ ਨੂੰ ਕੀ ਜਵਾਬ ਦੇਵਾਂਗਾ ਉਸੇ ਸਮੇਂ ਇੱਕ ਦੋ ਮੋਟਰਸਾਈਕਲ ਸਟਾਰਟ ਹੋਏ ਗੁਰੂ ਘਰ ਜਾਣ ਲਈ ਮੈਂ ਹੋਰ ਡਰ ਗਿਆ ਕਿ ਹੁਣ ਪਤਾ ਲੱਗੂ ਸਾਰਿਆਂ ਨੂੰ ਮੱਸਾ ਹੀ ਬਚਿਆ ਸੀ ਉਸ ਦਿਨ ਉਹ ਵੀ ਇੱਕ ਭਈਏ ਨੇ ਮੈਨੂੰ ਪਛਾਣ ਲਿਆ ਸੀ ਤਾਂ ਕਰਕੇ ਹੁਣ ਸੋਚਦਾ ਹਾਂ ਨਰਕ ਸੀ ਜਾਂ ਨਰਕ ਤੋਂ ਵੀ ਮਹਾਨਰਕ ਮੈਂ ਕੰਨਾਂ ਨੂੰ ਹੱਥ ਲਾਏ ਆਪਣੇ ਆਪ ਨੂੰ ਲਾਣਤਾਂ ਪਾਈਆਂ ਕਿ ਅੱਜ ਤੋਂ ਬਾਅਦ ਤੰਬਾਕੂ ਨੂੰ ਹੱਥ ਨਹੀਂ ਲਾਉਣਾ पर तौबा में शैतान की थी सी कि उस मौके ने ड्राव बहुत ਦਿੱਤਾ ਸੀ ਉਲਾਰ ਚਾ ਕੇ ਸੌਂ ਵੀ ਖਾਦੀ ਇਹ ਕੋਈ ਪਹਿਲੀ ਵਾਰ ਨਹੀਂ ਸੀ ਕਿ ਕੰਨਾਂ ਨੂੰ ਹੱਥ ਲਾਏ ਹੋਣ ਉਸ ਦਿਨ ਵੀ ਜਦੋਂ ਆਪਣੇ ਆਪ ਨਾਲ ਮੁੜ ਕੇ ਨਸ਼ਾ ਨਾ ਕਰਨ ਦਾ ਵਾਅਦਾ ਕਰ ਰਿਹਾ ਸੀ ਤਾਂ ਮਨ ਅੰਦਰ ਇੱਕ ਖਿਆਲ ਵੀ ਚੱਲ ਰਿਹਾ ਸੀ ਕਿ ਜ਼ਰਦਾ ਤਾਂ ਕਦੇ ਵੀ ਨਹੀਂ ਖਾਣਾ ਮਤਲਬ ਦੂਜਾ ਨਸ਼ਾ ਤਾਂ ਚੱਲ ਜੂ ਸੋ ਇਹ ਵਾਅਦਾ ਮੈਂ ਕੀਤਾ ਸੀ ਆਪਣੇ ਆਪ ਨਾਲ ਨਾ ਕਿ ਮੇਰੀ ਮਾਨਸਿਕ ਬਿਮਾਰੀ ਨੇ ਬਿਮਾਰੀ ਨੇ ਤਾਂ ਖਿਆਲ ਪੈਦਾ ਵੀ ਕਰਤਾ ਸੀ ਉਸੇ ਸਮੇਂ ਕਿ ਫਸਿਆ ਤਾਂ ਤੰਬਾਕੂ ਕਰਕੇ ਹੈ ਬਾਕੀ ਨਸ਼ਾ ਤਾਂ ਚੱਲ ਸਕਦੇ ਆ ਬਿਮਾਰੀ ਤਾਂ ਬਿਮਾਰੀ ਹੈ ਜਿਵੇਂ 슈ਗਰ ਵਾਲੇ ਬੰਦੇ ਨੂੰ ਸਾਫ਼ ਪਤਾ ਹੁੰਦਾ ਵੀ ਮਿੱਠਾ ਮੇਰੇ ਲਈ ਜ਼ਹਿਰ ਹੈ ਪਰ ਉਹ ਫੇਰ ਖਾ ਲੈਂਦਾ ਕਿਉਂਕਿ 슈ਗਰ ਦੀ ਬਿਮਾਰੀ ਵੀ ਨਸ਼ੇ ਦੀ ਬਿਮਾਰੀ ਵਾਂਗੂ ਸਰੀਰਕ ਘਟ ਤੇ ਮਾਨਸਿਕ ਜ਼ਿਆਦਾ ਹੁੰਦੀ ਹੈ ਹੁਣ ਤਾਂ ਸੋਚ ਕੇ ਵੀ ਡਰ ਲੱਗਦਾ ਵੀ ਕਿੰਨੀ ਬਦਨਾਮੀ ਹੋਣੀ ਸੀ ਜੇ ਭਈਆ ਭਈਆ ਰਾਣੀ ਇੱਜ਼ਤ ਲੁੱਟਣ ਦਾ ਰੌਲਾ ਪਾ ਦਿੰਦੀ ਇਕਦਮ ਉਤਰ ਜਾਣਾ ਸੀ ਨਕਾਬ ਉਤਰ ਜਾਣਾ ਸੀ ਰਜਾਈ ਤੋਂ ਗਲਾਫ ਨੰਗੇ ਹੋ ਜਾਣੇ ਸੀ ਮਗੋਰੇ ਪੈ ਜਾਣਾ ਸੀ ਕਲੇਸ਼ ਉਥੋਂ ਬਚ ਬਚਾ ਕੇ ਡਰਿਆ ਹੋਇਆ ਜਦੋਂ ਮੈਂ ਉੱਪਰ ਫਲੈਟ 'ਚ ਗਿਆ ਤਾਂ ਨਹਾਉਣ ਲਈ ਕੱਪੜੇ ਪਹਿਲਾਂ ਉਤਾਰਤੇ ਤੇ ਗੈਸ ਵਾਲਾ ਗੀਜ਼ਰ ਬਾਅਦ 'ਚ ਚਲਾਇਆ ਬਾਹਾਂ ਤੇ ਨਾੜ 'ਚ ਜਿੱਥੋਂ ਥੋੜੀ ਦੇਰ ਪਹਿਲਾਂ ਸੂਈ ਲਾਈ ਸੀ ਉਹ ਨਿਸ਼ਾਨ ਨਜ਼ਰੀ ਪੈ ਗਿਆ ਤਲਵੁੱਟ ਖੜੀ ਹਰ ਵਾਰ ਦੀ ਤਰ੍ਹਾਂ ਸੋਚਿਆ ਕਿ ਜਿਹੜਾ ਕੋਲ ਹੈਗਾ ਇਹਨੂੰ ਤਾਂ ਵਰਤ ਹੀ ਲੈਣਾ ਅੱਗੇ ਤੋਂ ਨਹੀਂ ਖਰੀਦੂੰ ਅੱਜ ਤੋਂ ਬਾਅਦ ਛੱਡ ਦੋ ਟਾਇਲਟ ਸੀਟ ਦੀ ਪਾਣੀ ਵਾਲੀ ਟੈਂਕੀ ਚੋਂ ਸਮਾਨ ਕੱਢ ਕੇ ਕਾਰਵਾਈ ਪਾਉਣ ਲੱਗ ਪਿਆ। ਬਹੁਤ ਜਿਰ ਖੁਝਲੀ ਗਿਆ ਪਰ ਕਾਮਯਾਬੀ ਨਾ ਮਿਲੀ। ਫਿਰ ਜਿੱਥੇ ਪੱਟ ਚ ਲਗਾਉਣ ਦੀ ਟਰਾਈ ਕਰੀ ਉਸ ਜਗ੍ਹਾ ਮਾਸ ਦੀ ਵੱਡੇ ਵੱਡੇ ੱਟਣ ਬਣੇ ਸੀ ਤਾਂ ਕਰਕੇ ਦੋਵੇਂ ਸੂਈਆਂ ਮੁੱਚ ਗਈਆਂ। ਨਾ ਖੂਨ ਗਰਮ ਹੋਇਆ ਕਿ ਨਾੜ ਲੱਭ ਜਾਂਦੀ ਤੇ ਨਾ ਹੋਇਆ ਪਾਣੀ ਗਰਮ ਕੇ ਨਹਾ ਲੈਂਦਾ। ਬਾਰੋਂ ਆਵਾਜ਼ਾਂ ਪੈਣ। ਉਹਨੇ ਵੀ ਤਾਂ ਤਿਆਰ ਹੋਣਾ ਸੀ ਗੀਜ਼ਰ ਖਰਾਬ ਹੋ ਚੁੱਕਿਆ ਸੀ। ਗੈਸ ਵਾਲੀ ਪਾਈਪ ਜੋ ਸਿਲੰਡਰ ਤੋਂ ਜਾਂਦੀ ਹੁੰਦੀ ਉਹ ਬੰਦ ਸੀ ਉਸ ਚ ਪਾਣੀ ਜਾਂ ਜੰਮਿਆ ਦਿਖਾਈ ਦੇ ਰਿਹਾ ਸੀ ਪਾਈਪ ਲੰਮੀ ਹੋਣ ਕਰਕੇ ਜਿਵੇਂ ਬੰਦ ਹੋ ਗਈ ਸੀ ਮੈਂ ਸੋਚਿਆ ਗੀਜ਼ਰ ਜਾਂ ਰੈਗੂਲੇਟਰ ਤੋਂ ਪਾਈਪ ਉਤਾਰ ਕੇ ਵਿੱਚ ਜੰਮੀ ਹੋਈ ਗੰਦਲ ਜਿਹੀ ਸਾਫ਼ ਕਰ ਦੇਵਾਂ ਠੰਡ ਜ਼ਿਆਦਾ ਹੋਣ ਕਰਕੇ ਪਾਈਪ ਗੀਜ਼ਰ ਤੋਂ ਉਤਰ ਨਹੀਂ ਸੀ ਰਹੀ ਸਰਦੀ ਚ ਪਾਈਪ ਉਤਰਦੀ ਵੀ ਔਖੀ ਹੁੰਦੀ ਹੈ ਤੇ ਚੜ੍ਹਦੀ ਵੀ ਬਹੁਤ ਮਿਹਨਤ ਕਰਕੇ ਪਾਈਪ ਲੰਮੀ ਸੀ ਮੈਂ ਰੈਗੂਲੇਟਰ ਉਤਾਰ ਕੇ ਕਮਰੇ ਚ ਨੂੰ ਹੋ ਗਿਆ ਉੱਥੇ ਅਸੀਂ ਦੋਵੇਂ ਮੈਂ ਤੇ ਅਮਰਤ ਜ਼ੋਰ ਅਜਮਾਈ ਕਰੀਏ ਪਾਈ ਪੁੱਤਰ ਨਹੀਂ ਸੀ ਰਹੀ ਪਤਾ ਨਹੀਂ ਦਿਮਾਗ 'ਚ ਕੀ ਆਇਆ ਕਿ ਨਹੀਂ ਮਖਿਆ ਮੋਮਬੱਤੀ ਲਿਆ ਗਰਮ ਕਰਕੇ ਫੇਰ ਉਤਾਰ ਦਿਆਂ ਬਸ ਫੇਰ ਕੀ ਮੇਰੀ ਮੱਤ ਤਾਂ ਨਸ਼ੇ ਨੇ ਮਾਰ ਰੱਖੀ ਸੀ ਤੇ ਅਮਰਤ ਦੀ ਮੈਂ ਮੋਮਬੱਤੀ ਰੈਗੂਲੇਟਰ ਦੇ ਕੋਲ ਲਾਉਣ ਦੀ ਦੇਰ ਸੀ ਉਹ ਉਤਰ ਗਈ ਤੇ ਉਹਦੇ ਵਿੱਚਲੀ ਜੋ ਗੰਦਲ ਜਈ ਸੀ ਉਹਨੂੰ ਅੱਗ ਲੱਗ ਗਈ ਅਸਲ 'ਚ ਉਹ ਪਾਣੀ ਨਹੀਂ ਸੀ ਉਹ ਤਾਂ ਗੈਸ ਸੀ ਜਿਹੜੀ ਆਪਾਂ ਸਿਲੰਡਰ ਖਤਮ ਹੋਣ ਤੇ ਲੰਮਾ ਪਾ ਕੇ ਜਗਾੜੂ ਕੰਮ ਕਰਕੇ ਚਲਾਉਨੇ ਆ ਤੋ ਗੜੀ ਜੈਲੀ ਰੂਪੀ ਗੈਸ ਪਾਈਪ ਚ ਚੜ ਜਾਂਦੀ ਐ ਸਾਡੇ ਘਰ ਚ ਅੱਗ ਦੇ ਗੁਬਾਰੇ ਉੱਠਣ ਮੂੰਹ ਝੋਲ ਸਗੇ ਦੋਵਾਂ ਦੇ ਬੀਬੀ ਭੱਜੀ ਭੱਜੀ ਬਾਹਰ ਗਈ ਪਰ ਉਹ ਤੋਂ ਘਬرائی ਹੋਈ ਤੋਂ ਬੋਲਿਆ ਹੀ ਨਹੀਂ ਗਿਆ ਕੁਝ ਪਰਦਾ ਵੀ ਸੜ ਚੁੱਕਿਆ ਸੀ ਕੋਲਪਿਆ ਟੈਲੀਵਿਜ਼ਨ ਵੀ ਪਿਗਲ ਗਿਆ ਮਸੀਮ ਬੱਚੇ ਸਾਰੇ ਮਰ ਗਏ ਸੀ ਘਰ ਨੂੰ ਅੱਗ ਲੱਗ ਸਕਦੀ ਸੀ ਸ਼ੁਕਰ ਰਹਿ ਰਿਹਾ ਬਈ ਪਾਈਪ ਗੀਜ਼ਰ ਵਾਲੇ ਪਾਸਿਓਂ ਨਹੀਂ ਉਤਰੀ ਜੇ ਕਿਤੇ ਉਧਰੋਂ ਉਤਰ ਜਾਂਦੀ ਤਾਂ ਮੈਂ ਸਿਲੰਡਰ ਵਾਲੇ ਪਾਸਿਓਂ ਤਾਂ ਉਤਾਰਨੀ ਨਹੀਂ ਸੀ ਫਿਰ ਬਹੁਤ ਵੱਡਾ ਬਲਾਸਟ ਹੋਣਾ ਸੀ। ਮੇਰੀ ਸਿਹੜੀ ਨਰਕ ਰੂਪੀ ਆਦਤ ਦੀ ਵਜ੍ਹਾ ਕਰਕੇ ਘਰ ਖੰਡਰ ਬਣ ਚੱਲਿਆ ਸੀ। ਬਸ ਉਸ ਦਿਨ ਤੋਂ ਬਾਅਦ ਡਰ ਗਿਆ ਸੀ। ਇੱਕ ਜਾਂ ਦੋ ਹੀ ਵਾਰ ਟਰਾਈ ਕਰਿਆ ਬਾਕੀ ਨਾੜ ਨਾਂ ਲੱਪਣ ਕਰਕੇ ਕਦੇ ਲੱਗਿਆ ਹੀ ਨਹੀਂ। ਹੁਣ ਇੱਕ ਬਦਲ ਮਿਲ ਗਿਆ ਸੀ, ਮਿਲਿਆ ਮਜਬੂਰੀ ਵਾਸੀ ਸੀ। ਪਰ ਇਸ ਨਾਲ ਇੱਕ ਨਕਾਬ ਜਿਹਾ ਚੜਾ ਲਿਆ ਕਿ ਮੈਂ ਹੁਣ ਨਸ਼ੇੜੀ ਨਹੀਂ ਹਾਂ। ਅੰਦਰ ਖਾਤੇ ਕੰਮ ਚੱਲਦਾ ਗਿਆ। ਅਫੀਮ ਦਾ ਵੈਸੇ ਵੀ ਕਿਸੇ ਨੂੰ ਪਤਾ ਨਹੀਂ ਚੱਲਦਾ। ਮੇਰੇ ਮਾਮਲੇ 'ਚ ਪਹਿਲਾਂ ਜ਼ਿਆਦਾ ਬੁਰਾ ਹਾਲ ਰਹਿੰਦਾ ਸੀ ਤਾਂ ਕਰਕੇ ਸਭ ਨੂੰ ਲੱਗਿਆ ਕਿ ਮੰਗਾ ਹੁਣ ਬੰਦਾ ਬਣ ਗਿਆ ਮਤਲਬ ਹੁਣ ਮੈਂ ਸਮਾਜ ਵੱਲੋਂ ਪਰਵਾਨਿਤ ਨਸ਼ੇੜੀ ਸੀ ਪਰ ਗਾਹੇ ਬਗਾਏ ਅਮਰਤ ਨੂੰ ਪਤਾ ਲੱਗਦਾ ਰਿਹਾ ਮੈਂ ਸੌਂਹਾਂ ਖਾ ਕੇ ਉਹਨੂੰ ਮੂਰਖ ਬਣਾਉਣਾ ਰਿਹਾ ਧੰਨਵਾਦ